वेलकम सशिकार नमस्कार ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਵਾਰੀ ਮੇਰੇ ਚੈਨਲ ਜਾਣਕਾਰੀ ਹਿੱਤੇ ਉਤੇ ਇੱਕ ਨਵੀਂ ਜਾਣਕਾਰੀ ਤੁਹਾਡੇ ਸਾਰਿਆਂ ਦੇ ਜਾਣਕਾਰੀ ਹਿੱਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਬੜਾ ਸਪੈਸ਼ਲ ਦਿਨ ਆ ਰਿਹਾ ਹੈ 14 ਜੂਨ ਹਰ ਸਾਲ ਆਉਂਦਾ ਹੈ ਪਰ ਕਦੇ ਸ਼ਾਇਦ ਉਸੇ ਉਸ ਨਜ਼ਰੀਏ ਤੋਂ ਨਹੀਂ ਸੋਚ पाए ਅੱਜ ਸੋਚਦੇ ਹਾਂ ਇੱਕ ਨਵੀਂ ਜਾਣਕਾਰੀ ਦੇ ਨਾਲ ਤੁਹਾਡੇ ਨਾਲ ਸਭ ਤੋਂ ਪਹਿਲਾਂ 14 ਜੂਨ ਦੇ ਆਉਣ ਵਾਲੇ ਉਸ ਵਿਸ਼ੇਸ਼ ਦਿਨ ਦੇ ਉਤੇ ਜਿਸ ਨੂੰ ਕਿ ਅਸੀਂ WBDD ਦੇ ਨਾਮ ਨਾਲ ਜਾਣਦੇ ਹਾਂ ਸਾਰੀ ਦੁਨੀਆ ਦੇ ਵਿੱਚ ਵਰਡ ਬਲੱਡ ਡੋਨਰਸਡੇ ਉਹਨਾਂ ਸਾਰਿਆਂ ਦੇ ਲਈ ਜਿਹੜੇ ਇਸ ਮਹਾਨ ਦਾਨ ਦੇ ਵਿੱਚ ਖੂਨ ਦਾਨ ਦੇ ਰੂਪ ਦੇ ਵਿੱਚ ਆਪਣਾ ਦਾਨ ਪਾਉਂਦੇ ਨੇ ਉਹਨਾਂ ਸਾਰੇ ਦਾਨ ਵੀਰਾਂ ਨੂੰ ਸਮਰਪਿਤ ਇਹ ਦਿਨ ਆਓ ਕੁਝ ਜਾਣਕਾਰੀ ਸਾਂਝੀ ਕਰੀਏ ਇਸ ਦਿਨ ਦੇ ਬਾਰੇ 250 ਤੋਂ ਲਗਾਤਾਰ 2004 ਦੇ ਵਿੱਚ ਇਹਨੂੰ ਪਲੈਨ ਆਊਟ ਕੀਤਾ World Health Organization ਨੇ 250 ਦੁਨੀਆ ਦੇ ਲਗਭਗ ਹਰ ਇੱਕ ਉਸ ਦੇਸ਼ ਤੇ ਵਿੱਚ World Blood Donors Day ਮਨਾਇਆ ਜਾਂਦਾ ਹੈ ਜੋ World Health Organizations ਦੇ ਨਾਲ ਜੁੜੇ ਹੋਏ ਨੇ ਇਹ ਦਿਨ ਵਿਸ਼ੇਸ਼ ਰੂਪ ਦੇ ਵਿੱਚ ਸਮਰਪਿਤ ਹੈ World Health Organization ਨੇ ਇਹ ਦਿਨ ਵਿਸ਼ੇਸ਼ ਰੂਪ ਦੇ ਵਿੱਚ ਸਮਰਪਿਤ ਕੀਤਾ ਕਾਰਲ ਲੈਂਸਟਾਈਨਰ ਨੂੰ ਕਾਰ ਲੈਂਸਟਾਈਨਰ ਕੌਣ ਸੀ ਆਓ ਇਸ ਬਾਰੇ ਵੀ ਜਾਣਕਾਰੀ ਲਈਏ ਕਾਰ ਲੈਂਸਟਾਈਨਰ ਇੱਕ ਅਸਟਰੀਆ ਦੇ ਸਾਇੰਟਿਸਟ ਰਹੇ ਨੇ ਜਿਨ੍ਹਾਂ ਨੇ ਫਿਜ਼ੀਓਲੋਜੀ ਦੇ ਵਿੱਚ ਸ਼ਾਨਦਾਰ ਕੰਮ ਕੀਤਾ 1901 ਦੇ ਵਿੱਚ ਉਹਨਾਂ ਨੂੰ ਇਸ ਕਾਮਯਾਬੀ ਮਿਲੀ ਰੈਡ ਬਲੱਡ ਸੈਲਸ ਦੇ ਉੱਤੇ ਉਹਨਾਂ ਨੇ ਇੱਕ ਅਸਚਾਰਜਨਕ ਹੈਰਾਨੀ ਕਰਨ ਵਾਲੇ ਰਿਜ਼ਲਟ ਸਾਡੇ ਸਾਹਮਣੇ ਲੈ ਕੇ ਆਏ ਤੇ ਉਹਨਾਂ ਦੇ ਇਸ ਕੰਮ ਨੂੰ ਉਹਨਾਂ ਦੀ ਇਸ ਡਿਸਕਵਰੀ ਨੂੰ ਫਿਜ਼ੀਓਲੋਜੀ ਦੇ ਬੇਸ ਦੇ ਉੱਤੇ ਉਹਨਾਂ ਨੂੰ ਵਿਸ਼ੇਸ਼ ਰੂਪ ਦੇ ਵਿੱਚ ਮੈਡੀਸਨ ਦੇ ਖੇਤਰ ਦੇ ਵਿੱਚ ਨੋਵਲ ਪ੍ਰਾਈਜ਼ ਮਿਲਿਆ 1930 ਦੇ ਵਿੱਚ ਇਸ ਕਰਕੇ World Health Organization ਨੇ 2005 ਤੋਂ ਸਾਰੇ ਦੇਸ਼ਾਂ ਨੇ ਮਿਲ ਕੇ ਫੈਸਲਾ ਕੀਤਾ ਕਿ ਦਿਨ ਉਸ ਮਹਾਨ ਸਾਇੰਟਿਸਟ ਨੂੰ ਸਮਰਪਿਤ ਰਹੇਗਾ ਹਰ ਸਾਲ 14 ਜੂਨ ਦੁਨੀਆਂ ਦੇ ਹਰ ਦੇਸ਼ਾਂ ਦੇ ਵਿੱਚ World Blood Donors Day ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਜ਼ਰੂਰਤ ਕਿਉਂ ਸੀ ਸਾਰੇ ਜਾਣਦੇ ਆ ਸੀ ਜੋ ਬਲੱਡ ਹੈ ਇੱਕ ਇੱਕ ਬੂੰਦ ਕੀ ਨਕੀਮਤੀ ਹੈ ਬੇਸ਼ੁਮਾਰ ਕੀਮਤੀ ਹੈ ਇਹ ਕਿਸੇ ਫੈਕਟਰੀ ਦੇ ਵਿੱਚੋਂ ਪ੍ਰੋਡਕਸ਼ਨ ਲਾਈਨ ਦੇ ਵਿੱਚੋਂ ਸਪਲਾਈ ਨਹੀਂ ਹੋ ਸਕਦਾ ਅਸੀਂ ਇਹਨੂੰ ਪੈਦਾ ਨਹੀਂ ਕਰ ਸਕਦੇ ਲੱਗਿਆ ਵੇ ਇਨਸਾਨ ਕੋਸ਼ਿਸ਼ ਕਰਨ ਪਰ ਉਸ ਕੁਦਰਤ ਦੀ देन ਹੈ ਇਹ ਨੇਚਰ ਦੇ ਦਿੱਤੇ ਹੋਏ ਇਸ ਬਹੁਮੁੱਲੇ ਗਿਫਟ ਨੂੰ ਜਿਸ ਦੇ ਨਾਲ ਸਾਡੇ ਸਾਰੇ ਸਰੀਰ ਦਾ ਇੱਕ ਇੱਕ ਅੰਗ ਚੱਲਦਾ ਹੈ ਸਰਕੂਲੇਸ਼ਨ ਦੇ ਰੂਪ ਦੇ ਵਿੱਚ ਸੰਜੀਦਾ ਰਹਿੰਦਾ ਤੇ ਸਰੀਰ ਚੱਲਦਾ ਰਹਿੰਦਾ ਹੈ ਉਸ ਬਲੱਡ ਨੂੰ ਸਮੇਂ-ਸਮੇਂ ਤੇ ਉਤੇ ਮਹਿਸੂਸ ਕੀਤਾ ਗਿਆ ਕਿ ਦੁਨੀਆ ਦੇ ਵਿੱਚ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਕੋਈ ਸਜੇਰੀਅਨ ਕੇਸਿਸ ਹੁੰਦੇ ਕਿਤੇ ਆਪਰੇਸ਼ਨ ਹੋ ਰਿਹਾ ਕੋਈ ਭਿਆਨਕ ਬਿਮਾਰੀ ਫੈਲੀ ਹੈ ਕੋਈ ਬਹੁਤ ਜ਼ਿਆਦਾ ਬਿਮਾਰ ਹੈ ਉਹਨੂੰ ਖੂਨ ਦੀ ਜ਼ਰੂਰਤ ਪੈਂਦੀ ਹੈ ਪਰ ਖੂਨ ਆਂਦਾ ਕਿੱਥੋਂ ਇੱਕੋ ਹੀ ਜ਼ਰੀਆ ਸੀ ਦਾਨੀ ਜੋ ਆਪਣਾ ਖੂਨ ਦੂਸਰਿਆਂ ਨੂੰ ਦੇ ਸਕਦੇ ਸੀ ਇੱਕ দান ਤਾਂ ਖੂਨ ਦਾ ਹੁੰਦਾ ਹੈ ਜਦੋਂ ਅਸੀਂ ਦੇਸ਼ ਦੇ ਪ੍ਰਤੀ ਸਮਰਪਿਤ ਹੋ ਜਾਂਦੇ ਹਾਂ ਸਾਡੇ ਸੈਨਿਕਾਂ ਦੀ ਤਰ੍ਹਾਂ ਦੇਸ਼ ਦੇ ਲਈ ਮਰ ਮਿਟਦੇ ਹਾਂ ਅਸੀਂ ਆਪਣੇ ਸ਼ਹੀਦਾਂ ਦੀ ਤਰ੍ਹਾਂ ਇੱਕ ਇਹ ਵੀ ਬਹੁਤ ਵੱਡਾ ਦਾਨ ਹੈ ਇਸ ਦਾਨ ਦੇ ਪ੍ਰਤੀ ਸੋਚ ਕੇ ਦੇਖੋ ਇੱਕ ਅਜਿਹੇ ਡੋਨਰ ਦੁਨੀਆ ਦੇ ਸਾਹਮਣੇ ਆਉਂਦੇ ਨੇ ਮੋਟੀਵੇਟ ਹੋ ਕੇ ਜਿਹੜੇ ਆਪਣੇ ਸਰੀਰ ਦਾ ਜਦੋਂ ਕਿ ਅਸੀਂ ਖੂਨ ਦੀ ਇੱਕ ਬੂੰਦ ਵੀ ਸਾਡੇ ਵਿੱਚੋਂ ਵਾਜੇ ਅਸੀਂ ਲੜਨ ਮਰਨ ਲਈ ਤਿਆਰ ਹੋ ਜਾਂਦੇ ਹਾਂ ਲੇਕਿਨ ਉਹਨਾਂ ਦੇ ਅੰਦਰ ਇੱਕ ਜਜ਼ਵਾ ਹੈ ਮਾਨਵਤਾ ਦੀ ਸੇਵਾ ਦਾ ਬਿਮਾਰ ਦੀ ਸੇਵਾ ਦਾ ਉਹਦਾ ਹੱਥ ਫੜ ਕੇ ਉਹਨੂੰ ਸੰਜੀਦਾ ਕਰਨ ਦਾ ਕਿਉਂਕਿ ਉਹ ਸੋਚਦੇ ਨੇ ਉਹਨਾਂ ਨੂੰ ਕੀ ਜ਼ਿੰਦਾ ਰਹਿਣ ਦਾ ਅਧਿਕਾਰ ਹੈ ਵਰਲਡ ਰੈੱਡ ਕਰਾਸ ਵਰਗੀਆਂ ਸੰਸਥਾਵਾਂ ਤੇ ਹੋਰ ਬਹੁਤ ਸਾਰੀਆਂ ਐਨ ਜੀਓਜ਼ ਦੁਨੀਆਂ ਦੇ ਵਕਫ ਵਕਫ ਥਾਵਾਂ ਦੇ ਉੱਤੇ ਉਹਨਾਂ ਦਾਨਵੀਰ ਜਿਹੜੇ ਮਹਾਨ ਨੌਜਵਾਨ ਨੇ ਉਹ ਵਿਅਕਤੀ ਨੇ ਕਿਸੇ ਵੀ ਹਾਲਤ ਦੇ ਵਿੱਚ ਅੱਗੇ ਵੱਧ ਕੇ ਆਂਦੇ ਨੇ ਯੁੱਧ ਦੀ ਭਿਆਨਕਤਾ ਦੇ ਵਿੱਚ ਵੀ ਖੂਨਦਾਨ ਕਰਨ ਤੋਂ ਨਹੀਂ ਹਟਦੇ ਅੱਗੇ ਵਧ ਕੇ ਆਂਦੇ ਨੇ ਉਹਨਾਂ ਨੂੰ ਪਲੇਟਫਾਰਮ ਪ੍ਰੋਵਾਈਡ ਕੀਤਾ ਵਕਫ ਵਕ ਸੰਸਥਾਵਾਂ ਨੇ ਵਰਲਡ ਲੈਵਲ ਦੇ ਤੋ ਜਿੱਥੇ ਅਸੀਂ ਬਹੁਤ ਸਾਰੀਆਂ ਸੰਸਥਾਵਾਂ ਦੇਖਦੇ ਹਾਂ ਸਾਡੇ ਆਪਣੇ ਦੇਸ਼ ਦੇ ਵਿੱਚ ਵੀ ਜਿੱਥੇ ਰੈੱਡ ਕਰਾਸ ਵਰਗੀ ਸੰਸਥਾਵਾਂ ਨੇ ਬਲੱਡ ਬੈਂਕ ਖੋਲੇ ਵੇ ਨੇ ਲਗਭਗ ਮੈਂ ਜਾਣਕਾਰੀ ਪ੍ਰਾਪਤ ਕਰ ਰਿਹਾ ਸੀ 131 ਦੇ ਕਰੀਬ ਬਲੱਡ ਬੈਂਕ ਕਲੇ ਰੈੱਡ ਕਰਾਸ ਤੇ ਖੋਲੇ ਹੋਏ ਨੇ ਇਸ ਤੋਂ ਇਲਾਵਾ ਰੋਟਲੀ ਬਲੱਡ ਬੈਂਕ ਵੀ ਖੋਲੇ ਆ ਵੇ ਬਹੁਤ ਸਾਰੀਆਂ ਹੋਰ ਸੰਸਥਾਵਾਂ ਮਾਣੇ ਲੰਬੀ ਲਿਸਟ ਹੈ ਉਹ ਸੰਸਥਾਵਾਂ ਨੇ ਜਿਹੜੀਆਂ ਨੈਸ਼ਨਲ ਲੈਵਲ ਦੇ ਉੱਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣਾ ਸਥਾਨ ਬਣਾ ਚੁੱਕੀਆਂ ਨੇ ਪਰ ਉਹਨਾਂ ਸੰਸਥਾਵਾਂ ਦੀ ਬੈਕਬੋਨ ਨੇ ਜਿਨ੍ਹਾਂ ਸ਼ਹਿਰਾਂ ਦੇ ਵਿੱਚ ਅਸੀਂ ਵਿਚਰਦੇ ਆਂ ਚਾਹੇ ਉਹ ਵੱਡੇ ਨੇ ਜਾਂ ਛੋਟੇ ਕਸਵੇ ਉਹਨਾਂ ਦੇ ਵਿੱਚ ਤੇ ਉਹਨਾਂ ਨਾਲ ਜੁੜੇ ਹੋਏ ਪਿੰਡ ਯੂਥ ਕਲੱਬ ਐਨ ਜੀਓਜ਼ ਬਹੁਤ ਸਾਰੀਆਂ ਸੰਸਥਾਵਾਂਾਂ ਜਿਹੜੀਆਂ ਮੋਟੀਵੇਟ ਕਰਦੀਆਂ ਨੇ ਸਮਾਜ ਭਲਾਈ ਦੇ ਇਨ੍ਹਾਂ ਕੰਮਾਂ ਦੇ ਵਿੱਚ ਨੌਜਵਾਨਾਂ ਨੂੰ ਇੱਕ ਪਲੇਟਫਾਰਮ ਪ੍ਰੋਵਾਈਡ ਕਰਦੀਆਂ ਨੇ ਲੋਕਲ ਹਸਪੀਟਲਸ ਨਾਲ ਜਿਹੜੇ ਬਲੱਡ ਬੈਂਕ ਦੀਆਂ ਟੀਮਜ਼ ਆਉਂਦੀਆਂ ਨੇ بڑے بڑے ਕੈਂਪ ਲੱਗਦੇ ਨੇ ਤੇ ਉਹ ਇੱਕ ਇੱਕ ਬੂੰਦ ਦਿੱਤੀ ਹੋਈ ਜਦੋਂ ਕਿਸੇ ਦੀ ਜਾਨ ਬਚਾਉਂਦੀ ਹੈ ਸ਼ਾਇਦ ਉਸ ਦਿਨ ਉਸ ਵਿਅਕਤੀ ਨੂੰ ਅਹਿਸਾਸ ਹੁੰਦਾ ਹੈ ਜਦੋਂ ਉਹ ਦੁਬਾਰਾ ਸੰਜੀਦਾ ਹੋ ਕੇ ਸਮਾਜ ਦੇ ਵਿੱਚ ਵਿਚਰਦਾ ਹੈ ਤਾਂ ਅੱਜ ਉਹ ਦਿਨ ਹੈ ਜ ਜ ਉਹਨਾਂ ਸਾਰੇ ਡੋਨਰਸ ਨੂੰ ਨਤਮਸਤਕ ਹੋਣ ਦਾ ਆਓ ਉਹਨਾਂ ਨੂੰ ਸੈਲੂਟ ਕਰੀਏ ਤੇ ਨਾਲ ਹੀ ਇਸ ਦਿਨ ਦਾ ਇੱਕ ਖਾਸ ਮਕਸਦ ਵੀ ਹੈ ਉਹ ਮਕਸਦ ਕੀ ਹੈ ਨੌਜਵਾਨ ਪੀੜੀ ਨੂੰ ਮੋਟੀਵੇਟ ਕਰਨਾ ਕਿ ਕਦਮ ਰੁਕਨੇ ਨਹੀਂ ਚਾਹੀਦੇ ਇਹ ਇਸੇ ਤਰ੍ਹਾਂ ਅੱਗੇ ਆਉਣੇ ਚਾਹੀਦੇ ਨੇ ਕਈ ਵਾਰੀ ਜਦੋਂ आले ਦੁਆਲੇ ਦੇ ਬਲੱਡ ਬੈਂਕਸ ਦੇ ਵਿੱਚ ਗੱਲ ਕਰਦੇ ਆ ਬਹੁਤ ਸਾਰੀਆਂ ਐਨ ਜੀਓਸ ਨਾਲ ਗੱਲ ਆਂਦੀ ਹੈ ਕਈ ਵਾਰੀ ਬਲੱਡ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਫਿਰ ਐਮਰਜੈਂਸੀ ਕੈਂਪ ਵੀ ਲੱਗਦੇ ਨੇ ਪਰ ਉੱਥੇ ਵੀ ਡੋਨਰਸ ਬਾਹਰ ਆਉਂਦੇ ਨੇ ਉਹ ਇੰਤਜ਼ਾਰ ਕਰ ਰਹੇ ਹੁੰਦੇ ਨੇ ਜਿਵੇਂ ਕਿਸੇ ਦੀ ਭਲਾਈ ਦੇ ਲਈ ਆਉਂ ਉਹ ਅੱਗੇ ਵੱਧ ਕੇ ਆਈਏ ਜਿਸ ਤਰ੍ਹਾਂ ਥੈਲੇਸੀਮਿਕ ਪੇਸ਼ੈਂਟਸ ਨੇ ਉਹਨਾਂ ਨੂੰ ਲਗਾਤਾਰ ਬਲੱਡ ਚਾਹੀਦਾ ਹੁੰਦਾ ਹੈ ਬਹੁਤ ਵਕ-ਵਕ ਬਿਮਾਰੀਆਂ ਨੇ ਜਿੱਥੇ ਬਲੱਡ ਦੀ ਲਗਾਤਾਰ ਜ਼ਰੂਰਤ ਪੈਂਦੀ ਹੈ ਉਹ ਜ਼ਰੂਰਤ ਵੀ ਪੂਰਾ ਕਰਦੇ ਨੇ ਇੱਕ ਤੜਫਦੀ ਹੋਈ ਇਨਸਾਨ ਕਿਸੇ ਐਕਸੀਡੈਂਟਲ ਕੇਸ ਬਿਮਾਰੀ ਚ ਹਸਪੀਟਲ ਜਾਂਦਾ ਹੈ ਜਦੋਂ ਲੱਗਦਾ ਨਾ ਉਮੀਦ ਹੀ ਹੋ ਚੁੱਕੀ ਹੁੰਦੀ ਹੈ ਕਿ ਹੁਣ ਕੁਝ ਨਹੀਂ ਬੰਨਾ ਉਦੋਂ ਵੀ ਕਿਸੇ ਦਾ ਦਿੱਤਾ ਹੋਇਆ ਖੂਨ ਜੋਦਾਨ ਕੀਤਾ ਹੋਇਆ ਹੁੰਦਾ ਉਹ ਕੰਮ ਆਂਦਾ ਆਓ ਉਹਨਾਂ ਨੂੰ ਮੋਟੀਵੇਟ ਕਰਦੇ ਆਂ ਨਾਲ ਹੀ ਉਹਨਾਂ ਸੰਸਥਾਵਾਂ ਨੂੰ ਇਸ ਇਲਾਕੇ ਵਿੱਚ ਮ ਗੁਜ਼ਰਦੇ ਐ ਇੱਥੇ ਵਿਚਰਦੇ ਐ ਇੱਕ ਛੋਟਾ ਕਸਬਾ ਹੈ ਰੀਅਲੀ ਸਮਾਲ ਟਾਊਨ ਬਟ ਡੈਡੀਕੇਸ਼ਨ ਹੈ ਇੱਥੇ ਦੇ ਨੌਜਵਾਨਾਂ ਦੇ ਵਿੱਚ ਬਹੁਤ ਵੱਡੀ ਇੱਕ ਮੈਟਰੋ ਸਿਟੀ ਦੀ ਤਰ੍ਹਾਂ ਇੱਥੇ ਦੇ ਨੌਜਵਾਨ ਅੱਗੇ ਵਧ ਕੇ ਆਂਦੇ ਨੇ बार-बार ਇੱਥੇ ਬਲੱਡ ਡੋਨੇਸ਼ਨ ਕੈਂਪ ਲੱਗਦੇ ਨੇ ਸਿਰਫ ਇੱਥੇ ਨਹੀਂ ਸਾਰੀ ਦੁਨੀਆ ਵਿੱਚ ਲੱਗਦੇ ਨੇ ਇਹ ਮੋਟੀਵੇਸ਼ਨ ਹੈ ਜਿਹੜੀ ਅਸੀਂ ਦੇਣੀ ਹੈ ਅੱਗੇ ਫਾਰਵਰਡ ਕਰਨੀ ਹੈ ਨੌਜਵਾਨ ਪੀੜ੍ਹੀ ਨੂੰ ਆਓ ਰਲ ਮਿਲ ਕੇ ਕਦਮ ਅੱਗੇ ਵਧਾਈਏ ਕੱਲਾ ਇਨਸਾਨ ਕੋਸ਼ਿਸ਼ ਕਰਦਾ ਥੱਕਦਾ ਸਾਰਿਆਂ ਦੀ ਇਸ ਐਫਰਟਸ ਦੇ ਨਾਲ ਇਹਦੇ ਵਿੱਚ ਕੋਈ ਭੇਦਭਾਵ ਨਹੀਂ ਜਦੋਂ ਬਲੱਡ ਚਾਹੀਦਾ ਹੁੰਦਾ ਉਦੋਂ ਧਰਮ ਜਾਤ ਬਰਾਦਰੀ ਕੁਝ ਨਹੀਂ ਦਿਖਦੀ ਇੱਕੋ ਚੀਜ਼ ਦਿਖਦੀ ਹੈ ਜਾਨ ਤੇ ਬਚਾਨ ਵਾਲਾ ਵੀ ਤੇ ਜਿਹਦੀ ਜਾਨ ਬਚਣੀ ਵੀ ਹੈ ਆਓ ਮਿਲ ਕੇ ਉਹ ਅਸਲ ਦੇ ਵਿੱਚ ਦਾਨ ਹੈ ਮਾਨਵਤਾ ਦੇ ਲਈ ਮਨੁੱਖ ਦੇ ਲਈ ਦਾਨ ਇੱਕ ਜੀਵਨ ਜਿਹੜਾ ਸਾਨੂੰ ਲੱਗ ਰਿਹਾ ਹੁੰਦਾ ਹੈ ਖਤਮ ਹੋਣ ਵਾਲਾ ਉਹਨੂੰ ਬਚਾਉਣ ਦੇ ਲਈ ਕੀਤਾ ਗਿਆ ਦਾਨ ਇੱਕ ਵਾਰੀ ਫੇਰ ਸਾਰੇ ਬਲੱਡ ਡੋਨਰਸ ਨੂੰ ਸੈਲੂਟ ਕਰਦਾ ਮੈਂ ਉਹਨਾਂ ਸਾਰਿਆਂ ਦੇ ਵੱਲੋਂ ਜਿਨ੍ਹਾਂ ਨੂੰ ਸਮੇਂ-ਸਮੇਂ ਦੇ ਉੱਤੇ ਉਹਨਾਂ ਬਲੱਡ ਡੋਨਰਸ ਦੇ ਦਿੱਤੇ ਹੋਏ ਦਾਨ ਪਤਾ ਵੀ ਨਹੀਂ ਹੁੰਦਾ ਕਿ ਨੂੰ ਜਾਣ ਹੈ ਕਿੰਨਾ ਵੱਡਾ ਦਾਨ ਹੈ ਜਿੱਥੇ ਇਹ ਵੀ ਨਹੀਂ ਪਤਾ ਕਿ ਦਾਨ ਪਹੁੰਚਣਾ ਕਿੱਥੇ ਹੈ ਫਿਰ ਵੀ ਉਹ ਅੱਗੇ ਵਧ ਕੇ ਦਿੰਦੇ ਨੇ ਉਹਨਾਂ ਸਾਰਿਆਂ ਦੇ ਵੱਲੋਂ ਸਾਰੇ ਬਲੱਡ ਡੋਨਰਸ ਨੂੰ ਮੈਂ ਨਤਮਸਤਕ ਹਾਂ ਤੇ ਨਾਲ ਹੀ ਸਾਡੀ ਨੌਜਵਾਨ ਪੀੜ੍ਹੀ ਨੂੰ ਅੱਗੇ ਫਿਰ ਪ੍ਰੇਰਿਤ ਕਰਦਾ ਹੈ ਕਿ ਆਓ ਅੱਗੇ ਵਧੋ ਕਿਉਂਕਿ ਸਾਨੂੰ ਮੈਡੀਕਲ ਸਾਇੰਸ ਦੇ ਵਿੱਚ ਵੀ ਪਤਾ ਹੈ ਕਿ ਬਲੱਡ ਦੇਣ ਦੇ ਨਾਲ ਜੇਕਰ ਬਾਡੀ ਸਾਡੀ ਵਿੱਚ ਕਿਸੇ ਤਰ੍ਹਾਂ ਦੇ ਕੋਈ ਪ੍ਰੋਬਲਮਸ ਮੈਡੀਕਲ ਪੁਆਇੰਟ ਆਫ 뷰 ਤੋਂ ਨਹੀਂ ਹੈਗੀਆਂ ਤਾਂ ਬਲੱਡ ਦੇਣਾ ਬਾਡੀ ਦੇ ਲਈ ਬੈਟਰ ਹੀ ਪ੍ਰੂਵ ਹੁੰਦਾ ਹੈ ਇਹਦੇ ਨਾਲ ਕਿਸੇ ਤਰ੍ਹਾਂ ਦੀ ਜਿਹੜੀਆਂ ਮਿਸਕਨਸੈਪਸ਼ਨਸ ਨੇ ਅੱਜ ਮੈਂ ਉਹਦੇ ਬਾਰੇ ਗੱਲ ਨਹੀਂ ਕਰ ਰਿਹਾ ਉਹ ਕਿਸੇ ਵੀ ਤਰ੍ਹਾਂ ਦੀਆਂ ਮਿਸਕਨਸੈਪਸ਼ਨਸ ਨਹੀਂ ਹੈਗੀਆਂ ਆਓ ਰਲ ਮਿਲ ਕੇ ਨੌਜਵਾਨਾਂ ਨੂੰ ਵੀ ਪ੍ਰੇਰਿਤ ਕਰੀਏ ਆਪ ਵੀ ਅੱਗੇ ਵਧਿਏ ਜਦ ਤੱਕ ਅਸੀਂ ਆਪ ਦੇ ਸਕਦੇ ਹਾਂ ਖੂਨ ਉਦੋਂ ਆਪ ਦਈਏ ਜਦੋਂ ਵੀ ਕਿਸੇ ਨੂੰ ਜ਼ਰੂਰਤ ਹੈ ਉਦੋਂ ਦੇਣ ਦੀ ਜ਼ਰੂਰਤ ਮਹਿਸੂਸ ਹੋਵੇ ਉਦੋਂ ਦਈਏ ਤਾਂ ਕਿ ਪਰਮਾਤਮਾ ਦੇ ਦਿੱਤੇ ਉਸ ਬਹੁਤ ਸਾਰੇ ਸ਼ਰੀਰਾਂ ਨੂੰ ਬਹੁਤ ਸਾਰੇ ਆਦਮੀਆਂ ਨੂੰ ਅਸੀਂ ਬਚਾ ਸਕੀਏ ਬਹੁਤ ਸਾਰੇ ਇਨਸਾਨ ਪਤਾ ਨਹੀਂ ਕਦੋਂ ਕਿਸ ਜ਼ਰੂਰਤ ਆ ਜਨ ਸੋ ਅੱਜ ਜਾਣਕਾਰੀ ਹੇਤ ਮੈਂ ਆਪਣੇ ਇਸ ਚੈਨਲ ਤੋਂ ਤੁਹਾਨੂੰ ਸਾਰਿਆਂ ਨੂੰ ਫਿਰ ਅਪੀਲ ਕਰਦਾ ਹਾਂ 14 ਜੂਨ ਦੇ ਇਸ ਵਿਸ਼ੇਸ਼ ਦਿਨ ਦੇ ਉੱਤੇ ਸਾਰੇ ਬਲੱਡ ਡੋਨਰਸ ਨੂੰ ਸਾਰੀ ਦੁਨੀਆ ਭਰ ਦੇ ਵਿੱਚ ਫੈਲੇ ਹੋਏ ਬਲੱਡ ਡੋਨਰਸ ਨੂੰ ਬਹੁਤ-ਬਹੁਤ ਮੁਬਾਰਕਾਂ ਨਤਮਸਤਕ ਹੁੰਨਾ ਹੈ ਤੇ ਨਾਲ ਹੀ ਮੋਟੀਵੇਟ ਕਰਦੇ ਉਹਨਾਂ ਸੰਸਥਾਵਾਂ ਦਾ ਵੀ ਧੰਨਵਾਦ ਕਰਦਾ ਕਿ ਹੋਰ ਅੱਗੇ ਵਧਣ ਅਸੀਂ ਕੁਝ ਹੋਰ ਕੀਮਤੀ ਜਾਨਾਂ ਵਜਾਈਏ ਕਿਉਂਕਿ ਸਫਰ ਅਨਐਂਡਿੰਗ ਹੈ ਖਤਮ ਨਹੀਂ ਹੋਣ ਵਾਲਾ ਲਗਾਤਾਰ ਚੱਲਣ ਵਾਲਾ ਸਫਰ ਹੈ ਆਓ ਰਲ ਮਿਲ ਕੇ ਇਸ ਦੇਸ਼ ਨੂੰ ਇਸ ਦੁਨੀਆ ਨੂੰ ਇਸ ਖੂਬਸੂਰਤ ਪੰਜਾਬ ਨੂੰ ਸਾਡੇ ਨੂੰ ਹੋਰ ਸੋਨਾ ਬਲਾਈਏ ਤੇ ਅੱਗੇ ਵਧੀਏ ਬਹੁਤ-ਬਹੁਤ ਧੰਨਵਾਦ ਜੇ ਵੀਡੀਓ ਅਚੀ ਲੱਗੀ ਇਹਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਮੇਰੇ ਮੈਸੇਜ ਨੂੰ ਜਿੱਥੇ ਤੱਕ ਪਹੁੰਚਾ ਸਕਦੇ ਹੋ ਉਹਦੇ ਵਿੱਚ ਯੋਗਦਾਨ ਦਿਈਏ ਤਾਂ ਕਿ ਇੱਕ ਇੱਕ ਵਿਅਕਤੀ ਜੇਕਰ ਅੱਗੇ ਇਸ ਮੈਸੇਜ ਨੂੰ ਫਾਰਵਰਡ ਕਰਦਾ ਹੈ ਤਾਂ ਅਸੀਂ ਹੋਰ ਇੱਕ ਲੰਬੀ ਚੇਨ ਬਣਾ ਕੇ ਨੌਜਵਾਨ ਪੀੜ੍ਹੀ ਨੂੰ ਮੋਟੀਵੇਟ ਕਰ ਪਾਵਾਂਗੇ ਤੇ ਕਿਸੇ ਬਹੁਮੁੱਲੀ ਜਾਨ ਨੂੰ ਬਚਾ ਸਕਾਂਗੇ ਸੋ ਫਾਈਨਲੀ ਅਗੇਨ ਥੈਂਕ ਯੂ ਵੈਰੀ ਮਚ ਲਾਈਕ ਐਂਡ ਸ਼ੇਅਰ ਦਿਸ ਵੀਡੀਓ ਐਂਡ ਸਬਸਕ੍ਰਾਈਬ ਦਿਸ ਚੈਨਲ ਥੈਂਕ ਯੂ